ਇੱਕ ਐਂਟੀ ਕਰਪਸ਼ਨ ਐਕਸ਼ਨ ਲਾਈਨ ਤੇ ਕੰਪਲੇਂਟ ਆਈ ਸੀ। ਕਪਿਲ ਉਬਰਾਏ ਨੇ ਜਨਕਪੁਰੀ ਤੋਂ, ਇਹਨਾਂ ਦੀ ਸ਼ੋਪ ਹੈਗੀ ਆ ਇੰਡਸਟਰੀ ਏਰੀਏ ਵਿੱਚ, ਔਰ ਇਹਨਾਂ ਦਾ ਕਹਿਣਾ ਸੀ ਵੀ ਇਹਨਾਂ ਦੇ ਅੰਕਲ ਨੂੰ ਚੁੱਕ ਕੇ ਲੈ ਗਏ ਸੀਗੇ ਚੌਂਕੀ ਜਿਹੜੀ ਰਾਮਗੜ੍ਹ ਜਿਹੜੀ ਥਾਣਾ ਜਮਾਲਪੁਰ 'ਚ ਪੈਂਦੀ ਹੈ। ਹੌਲਦਾਰ ਸੁਖਦੇਵ ਸਿੰਘ ਨਾਲ ਆਪਣੇ ASI ਸੀਗਾ ਬਰਿੰਦਰਜੀਤ ਸਿੰਘ ਵਗੈਰਾ, ਔਰ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਫਿਰ ਇਹਨਾਂ ਨੂੰ ਉਹਨਾਂ 'ਤੇ ਐਲੀਗੇਸ਼ਨ ਇਹ ਸੀ ਵੀ ਇਹਨਾਂ ਨੇ ਕੋਈ ਚੋਰੀ ਦਾ ਮਾਲ ਲਿਆ ਹੈਗਾ। ਉਹ ਫਿਰ ਮਾਲ ਮੂਲ ਜਿਹੜਾ ਸੀਗਾ ਜੋ ਵੀ ਉਹ ਵੀ ਲੈ ਗਏ ਸੀ ਚੌਂਕੀ 'ਚ, ਉਹਨਾਂ ਦੇ ਕੈਮਰੇ ਵਗੈਰਾ ਵੀ ਪੁੱਟ ਕੇ ਲੈ ਗਏ ਸੀਗੇ। ਫਿਰ ਬਾਅਦ ਵਿੱਚ ਇਹਨਾਂ ਦਾ ਨਾ ਤਾਂ ਕੋਈ ਪਰਚਾ ਹੋਇਆ ਸੀਗਾ, ਅਤੇ ਉਹਦੇ 'ਚ ਇਹ ਗੱਲ ਸਾਹਮਣੇ ਆਈ ਸੀ ਵੀ ਇਹਨਾਂ ਨੇ 1,15,000 ਰੁਪਇਆ ਲਿਆ ਹੈਗਾ 2 ਕਿਸ਼ਤਾਂ 'ਚ, ਔਰ ਜਿਹੜੀ ਮੁੰਸ਼ੀ ਹੈਗਾ ਉਹਦੀ ਉਹਨਾਂ ਨੇ ਰਿਕਾਰਡਿੰਗ ਵੀ ਕਰ ਲਈ ਸੀ ਵੋਇਸ ਰਿਕਾਰਡ। ਉਹ ਸਾਰੀ DSP ਸਾਡੇ ਰੇਂਜ 2 ਸ਼ਿਵਚੰਦ ਉਹਨਾਂ ਨੇ ਇਨਕੁਆਇਰੀ ਕੀਤੀ ਅਤੇ ਹਾਲਾਤ ਇਹੀ ਪਾਏ ਗਏ ਸੀ ਵੀ ਇਹ ਜਿਹੜੇ ਪੈਸੇ ਲੈਣੇ ਸਾਫ਼ ਹੁੰਦੇ ਨੇ, ਔਰ ਡਿਮਾਂਡ ਵੀ 5,00,000 ਦੀ ਹੋਰ ਕੀਤੀ ਸੀਗੀ, ਔਰ ਜਿੰਨੀ ਦਾ ਤੁਹਾਡੇ 'ਤੇ ਪਰਚਾ ਦੇ ਦੇਣਾ। ਉਹ ਇਸ ਕਰਕੇ ਇਹਦੀ ਇਨਕੁਆਇਰੀ ਤੋਂ ਬਾਅਦ ਇਹਦਾ ਮੁਕੱਦਮਾ ਦਰਜ ਕੀਤਾ ਗਿਆ 7 PC ਐਕਟ ਤਹਿਤ। SC ਸੁਖਦੇਵ ਸਿੰਘ ਜਿਹੜਾ ਮੁਨਸ਼ੀ ਹੈਗਾ ਇਹਨੂੰ ਅੱਜ ਅਰੈਸਟ ਕਰ ਲਿਆ, ਔਰ ਜਿਹੜਾ ASI ਬਰਿੰਦਰਜੀਤ ਸਿੰਘ ਆ ਚੌਂਕੀ 'ਚ ਉਹਦਾ ਰੋਲ ਐਗਜ਼ਾਮਿਨ ਕੀਤਾ ਜਾ ਰਿਹਾ, ਔਰ ਐਗਜ਼ਾਮਿਨ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਿਹੜਾ ਦੋਸ਼ੀ ਹੈਗਾ ਇਹ ਮੁਨਸ਼ੀ, ਇਹਨੂੰ ਕੱਲ੍ਹ ਨੂੰ ਅਸੀਂ ਅਦਾਲਤ ਵਿੱਚ ਪੇਸ਼ ਕਰਾਂਗੇ। ਇੱਕ ਐਂਟੀ ਕਰਪਸ਼ਨ ਐਕਸ਼ਨ ਲਾਈਨ 'ਤੇ ਕੰਪਲੇਂਟ ਆਈ ਸੀ। ਕਪਿਲ ਉਬਰਾਏ ਨੇ ਜਨਕਪੁਰੀ ਤੋਂ, ਇਹਨਾਂ ਦੀ ਸ਼ੋਪ ਹੈਗੀ ਆ ਇੰਡਸਟਰੀ ਏਰੀਏ ਵਿੱਚ, ਔਰ ਇਹਨਾਂ ਦਾ ਕਹਿਣਾ ਸੀ ਵੀ ਇਹਨਾਂ ਦੇ ਅੰਕਲ ਨੂੰ ਚੁੱਕ ਕੇ ਲੈ ਗਏ ਸੀਗੇ ਚੌਂਕੀ ਜਿਹੜੀ ਰਾਮਗੜ੍ਹ ਜਿਹੜੀ ਥਾਣਾ ਜਮਾਲਪੁਰ 'ਚ ਪੈਂਦੀ ਹੈ। ਹੌਲਦਾਰ ਸੁਖਦੇਵ ਸਿੰਘ ਨਾਲ ਆਪਣੇ ASI ਸੀਗਾ ਬਰਿੰਦਰਜੀਤ ਸਿੰਘ ਵਗੈਰਾ, ਔਰ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਫਿਰ ਇਹਨਾਂ ਨੂੰ ਉਹਨਾਂ 'ਤੇ ਐਲੀਗੇਸ਼ਨ ਇਹ ਸੀ ਵੀ ਇਹਨਾਂ ਨੇ ਕੋਈ ਚੋਰੀ ਦਾ ਮਾਲ ਲਿਆ ਹੈਗਾ। ਉਹ ਫਿਰ ਮਾਲ ਮੂਲ ਜਿਹੜਾ ਸੀਗਾ ਜੋ ਵੀ ਉਹ ਵੀ ਲੈ ਗਏ ਸੀ ਚੌਂਕੀ 'ਚ, ਉਹਨਾਂ ਦੇ ਕੈਮਰੇ ਵਗੈਰਾ ਵੀ ਪੁੱਟ ਕੇ ਲੈ ਗਏ ਸੀਗੇ। ਫਿਰ ਬਾਅਦ ਵਿੱਚ ਇਹਨਾਂ ਦਾ ਨਾ ਤਾਂ ਕੋਈ ਪਰਚਾ ਹੋਇਆ ਸੀਗਾ, ਅਤੇ ਉਹਦੇ 'ਚ ਇਹ ਗੱਲ ਸਾਹਮਣੇ ਆਈ ਸੀ ਵੀ ਇਹਨਾਂ ਨੇ 1,15,000 ਰੁਪਇਆ ਲਿਆ ਹੈਗਾ 2 ਕਿਸ਼ਤਾਂ 'ਚ, ਔਰ ਜਿਹੜੀ ਮੁਨਸ਼ੀ ਹੈਗਾ ਉਹਦੀ ਉਹਨਾਂ ਨੇ ਰਿਕਾਰਡਿੰਗ ਵੀ ਕਰ ਲਈ ਸੀ ਵੋਇਸ ਰਿਕਾਰਡ। ਉਹ ਸਾਰੀ DSP ਸਾਡੇ ਰੇਂਜ 2 ਸ਼ਿਵਚੰਦ ਉਹਨਾਂ ਨੇ ਇਨਕੁਆਇਰੀ ਕੀਤੀ ਅਤੇ ਹਾਲਾਤ ਇਹੀ ਪਾਏ ਗਏ ਸੀ ਵੀ ਇਹ ਜਿਹੜੇ ਪੈਸੇ ਲੈਣੇ ਸਾਫ਼ ਹੁੰਦੇ ਨੇ, ਔਰ ਡਿਮਾਂਡ ਵੀ 5,00,000 ਦੀ ਹੋਰ ਕੀਤੀ ਸੀਗੀ, ਔਰ ਜਿੰਨੀ ਦਾ ਤੁਹਾਡੇ 'ਤੇ ਪਰਚਾ ਦੇ ਦੇਣਾ। ਉਹ ਇਸ ਕਰਕੇ ਇਹਦੀ ਇਨਕੁਆਇਰੀ ਤੋਂ ਬਾਅਦ ਇਹਦਾ ਮੁਕੱਦਮਾ ਦਰਜ ਕੀਤਾ ਗਿਆ 7 PC ਐਕਟ ਤਹਿਤ। SC ਸੁਖਦੇਵ ਸਿੰਘ ਜਿਹੜਾ ਮੁਨਸ਼ੀ ਹੈਗਾ ਇਹਨੂੰ ਅੱਜ ਅਰੈਸਟ ਕਰ ਲਿਆ, ਔਰ ਜਿਹੜਾ ASI ਬਰਿੰਦਰਜੀਤ ਸਿੰਘ ਆ ਚੌਂਕੀ 'ਚ ਉਹਦਾ ਰੋਲ ਐਗਜ਼ਾਮਿਨ ਕੀਤਾ ਜਾ ਰਿਹਾ, ਔਰ ਐਗਜ਼ਾਮਿਨ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਿਹੜਾ ਦੋਸ਼ੀ ਹੈਗਾ ਇਹ ਮੁਨਸ਼ੀ, ਇਹਨੂੰ ਕੱਲ੍ਹ ਨੂੰ ਅਸੀਂ ਅਦਾਲਤ ਵਿੱਚ ਪੇਸ਼ ਕਰਾਂਗੇ।